ਸਤਿ ਸ਼੍ਰੀ ਅਕਾਲ ਜੀ। ਇਹ ਵੀਡੀਓ ਉਹਨਾਂ ਸਟੂਡੈਂਟਸ ਲਈ ਆ ਜਿਨ੍ਹਾਂ ਨੇ ਆਲਰੇਡੀ ਵੀਜ਼ਾ ਲੈ ਚੁੱਕੇ ਆ ਜਾਂ ਕੈਨੇਡਾ ਦੇ ਵਿੱਚ ਪਹੁੰਚ ਚੁੱਕੇ ਆ ਅਤੇ ਆਪਣਾ ਕਾਲਜ ਬਦਲਣਾ ਚਾਹੁੰਦੇ ਆ। ਸੋ ਉਹਨਾਂ ਬੱਚਿਆਂ ਲਈ ਸਾਡੇ ਕੋਲ ਅਲੱਗ ਅਲੱਗ ਪ੍ਰੋਵਿੰਸਸ ਦੇ ਵਿੱਚ ਆਪਸ਼ਨਸ ਅਵੇਲੇਬਲ ਪਈਆਂ ਨੇ। ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਕੈਲਗਰੀ ਦੀ, ਤਾਂ ਆਪਣੇ ਕੋਲ ਦੋ ਆਪਸ਼ਨਸ ਅਵੇਲੇਬਲ ਪਈਆਂ, ਰੈੱਡ ਡੀਅਰ ਕਾਲਜ ਅਤੇ ਪੋਟਾਸ਼ ਕਾਲਜ, ਜਿੱਥੇ ਤੁਸੀਂ ਜਨਵਰੀ ਇਨਟੇਕ ਦੇ ਵਿੱਚ ਜਾ ਕੇ ਪੜ੍ਹ ਸਕਦੇ ਆ। ਇਹਦੇ ਨਾਲ ਨਾਲ ਵਿਨੀਪੈਗ ਦੀ ਆਪਸ਼ਨ ਹੈਗੀ ਆ, ਜਿੱਥੇ ਸਿਨੀਮਨ ਕਮਿਊਨਿਟੀ ਕਾਲਜ ਦੇ ਵਿੱਚ ਤੁਸੀਂ ਜਨਵਰੀ ਜਾਂ ਮਾਰਚ ਇਨਟੇਕ ਦੇ ਲਈ ਆਪਣੇ ਕੋਲ ਐਡਮਿਸ਼ਨ ਲੈ ਸਕਦੇ ਆ। ਜੇ ਮੈਂ ਗੱਲ ਕਰਾਂ ਅੰਟਾਰੀਓ ਦੀ, ਤਾਂ ਅੰਟਾਰੀਓ ਦੇ ਵਿੱਚ ਕਾਫੀ ਆਪਸ਼ਨਸ ਹੈਗੀਆਂ, ਜਿੱਥੇ ਕਿ ਅਸੀਂ ਫਲੈਮਿੰਗ ਕਾਲਜ ਟੋਰਾਂਟੋ, ਸੰਟੇਨਲ ਟੋਰਾਂਟੋ, ਸੈਨਿਕਾ ਕਾਲਜ ਟੋਰਾਂਟੋ, ਸ਼ਰਟਨ ਕਾਲਜ, ਬ੍ਰੈਂਪਟਨ ਕੈਂਪਸ, ਐਲਗੋਨਕੁਇਨ ਕਾਲਜ ਦੀ ਗੱਲ ਕਰਾਂ ਤਾਂ ਮਿਸਾਕ ਅਤੇ ਓਟਵਾ ਦਾ ਕੈਂਪਸ ਅਵੇਲੇਬਲ ਪਿਆ ਵਾ, ਜਾਰਜ ਬਰਾਊਨ ਕਾਲਜ ਟੋਰਾਂਟੋ ਦੇ ਵਿੱਚ ਅਵੇਲੇਬਲ ਪਿਆ, ਐਂਡ ਕੋਨਸਟੋਗਾ ਕਾਲਜ ਦਾ ਕਿਚਨਰ ਦੇ ਵਿੱਚ ਇੱਕ ਕੋਰਸ ਸਾਡੇ ਕੋਲ ਅਵੇਲੇਬਲ ਪਿਆ ਵਾ। ਜੇ ਮੈਂ ਇਹਦੇ ਨਾਲ ਗੱਲ ਕਰਾਂ ਬ੍ਰਿਟਿਸ਼ ਕੋਲੰਬੀਆ ਦੀ, ਤਾਂ ਉੱਥੇ ਵੀ ਤਿੰਨ ਆਪਸ਼ਨਸ ਅਵੇਲੇਬਲ ਪਈਆਂ ਨੇ, ਜਿੱਥੇ ਸਭ ਤੋਂ ਪਹਿਲੀ ਆਪਸ਼ਨ ਹੈਗੀ ਅਕਨਗਨ ਕਾਲਜ, ਕੈਲੋਨਾ ਸਿਟੀ ਦੇ ਵਿੱਚ ਰਹਿ ਜਾਂਦਾ ਵਾ। ਇਹਦੇ ਨਾਲ ਨਾਲ ਵੈਨਕੂਵਰ ਕਮਿਊਨਿਟੀ ਕਾਲਜ ਵੈਨਕੂਵਰ ਦੇ ਵਿੱਚ, ਅਤੇ ਇਹਦੇ ਨਾਲ ਲਾਸਟ ਜਿਹੜਾ ਕਾਲਜ ਹੈਗਾ ਉਹ ਹੈਗਾ ਬੀ ਸੀ ਆਈ ਟੀ ਵੈਨਕੂਵਰ ਦੇ ਵਿੱਚ। ਤੁਸੀਂ ਇਹਨਾਂ ਕਾਲਜਾਂ ਲਈ ਅਪਲਾਈ ਕਰਨਾ ਚਾਹੁੰਦੇ ਹੋ, ਜਨਵਰੀ ਇਨਟੇਕ ਲੈਣਾ ਚਾਹੁੰਦੇ ਆ, ਤਾਂ ਤੁਸੀਂ ਜੀ ਡੀ ਇਮੀਗ੍ਰੇਸ਼ਨ ਲਿਮਿਟਡ ਬਰੈਂਪਟਨ ਕੰਟੈਕਟ ਕਰ ਸਕਦੇ ਹੋ। ਉਹ ਤੁਹਾਡੀ ਕੇਸਿਸ ਦੇ ਵਿੱਚ ਹੈਲਪ ਕਰਨਗੇ, ਤੁਹਾਨੂੰ ਆਫ ਲੈਟਰ ਲੈ ਕੇ ਦੇਣਗੇ, ਐਂਡ ਇਹਦੇ ਨਾਲ ਨਾਲ ਤੁਸੀਂ ਡੀ ਐਨ ਆਈ ਵੀ ਆਪਣਾ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਵੀ ਅਸੀਂ ਹੈਲਪ ਕਰ ਸਕਦੇ ਹਾਂ। ਸੋ ਹੇਠਾਂ ਦਿੱਤੇ ਨੰਬਰਾਂ ਦੇ ਉੱਪਰ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਇਹਨਾਂ ਕਾਲਜਾਂ ਬਾਰੇ। ਧੰਨਵਾਦ।